ਹਾਂ ਜੀ ਬਈ ਗੱਲ ਇਦਾਂ ਤੇਰੀ ਪ੍ਰੋਬਲਮ ਨੂੰ ਮੈਂ ਸਮਝ ਗਿਆ, ਤੇਰਾ ਹੋਇਆ ਮਣੀਪੁਰ ਚ ਕਾਂਡ, ਠੀਕ ਆ, ਤੇ ਹੁਣ ਅਸੀਂ ਮਣੀਪੁਰ ਜਾ ਕੇ ਮੇਰੇ ਜਿਹੜੇ ਥਾਣੇ ਦੇ ਬੰਦੇ ਆ ਉਹਨਾਂ ਨੂੰ ਮੈਂ ਫੋਨ ਕਰ ਲੈਣਾ, ਤੇ ਲੁੱਡੋ ਹੀ ਚੱਕ ਲੈ ਗਏ ਕਿ ਹੋਰ ਕੁਛ ਵੀ ਲੈ ਗਏ? ਲੁੱਡੋ ਮੇਰੀ ਗ੍ਰੀਨ ਬੈਲਟ ਰੈੱਡ ਬੈਲਟ ਸਭ ਲੈ ਗਏ। ਅੱਛਾ ਗ੍ਰੀਨ ਬੈਲਟ ਵੀ ਲੈ ਗਏ, ਰੈੱਡ ਬੈਲਟ ਵੀ ਲੈ ਗਏ, ਇਹ ਚੋਰ ਬਜ਼ਾਰੋਂ ਲਈ ਸੀ? ਨਾ ਉਹ ਜੀਤੀ ਸੀ। ਕੀ ਕੀਤੀ ਸੀ? ਜੀਤੀ ਹੋਈ ਕੀ ਸੀ? ਤੇ ਜੀਤੀ ਦੀ ਸੀ ਤੇ ਤੂੰ ਕਿਉਂ ਜੀਤੀ ਦੀ ਬੈਲਟ ਕਿਉਂ ਪਾਈ? ਉਸਕੇ ਪਾਸ ਸੀ ਨਹੀਂ, ਮੈਂ ਚੋਕ ਲਿਆ। ਵਾਹ ਜੀ ਵਾਹ, ਮਤਲਬ ਲਾਈਫ 'ਚ ਕੋਈ ਵਿਨ ਨਹੀਂ ਕੀਤੀ, ਬਸ ਉਦਾਂ ਹੀ ਹੈ। ਤੇ ਤੁਸੀਂ ਵਾਈਟ ਬੈਲਟ ਲੈ ਲਓ, ਪੰਜ ਕਲਰ ਕਰਾ ਲਿਓ, ਵਾਈਟ ਬੈਲਟ ਬਲੈਕ ਬੈਲਟ। ਉਦਾਂ ਜਾ ਮੇਰੇ ਘਰ ਪਿਆ ਕੋ ਵੀ ਉਥੇ ਹੀ ਕਰੇਗਾ। ਮੋਮੋਸ ਖਿਲਾਏਗਾ ਉਹ? ਮੋਮੋਸ ਖਿਲਾਏਗਾ? ਇਹ ਜੇ ਮੋਮੋਸ ਦੀ ਰੇੜੀ ਰੂੜੀ ਨਾਲ ਲੱਗਦੇ, ਮੈਨੂੰ ਵੀ ਐਂ ਲੱਗਦਾ ਕਾਈ ਕਾਂਡੋ ਇਹਨੇ ਕਰ। ਤੁਮਨੇ ਖਾਇਆ ਮੋਮੋਸ? ਯੈਸ ਨੂਡਲ ਯੈਸ, ਆਪਣੇ ਪੈਸੇ ਕੋ ਖਾ ਕਰੋ। ਸਹੀ ਹੈ, ਤੇਰੀ ਸ਼ਕਲ ਤੇ ਲੱਗਣ ਡਿਆ ਕਿ ਤੂੰ ਲੋਕਾਂ ਕੋਲੋਂ ਖਾਣਾ। ਤੁਹਾਨੂੰ ਤਾਈ ਕਵੰਡ ਆਉਂਦੀ, ਇਹਨੂੰ ਤਾਇਆ ਕਵੰਡ ਆਉਂਦੀ ਆ। ਇਹਦਾ ਤਾਇਆ ਤੇ ਆਉਂਦਾ ਹੀ ਨਹੀਂ ਹੈ, ਤਾਈ ਕਾਂਡੋ ਕਿੱਥੋਂ ਆਉਣਾ ਉਹਨੂੰ? ਹੈਲੋ, ਤੁਸੀਂ ਆ ਬਾਜੀ? ਸਤਿ ਸ੍ਰੀ ਅਕਾਲ ਜੀ ਸਰ, ਕੀ ਹਾਲ ਚਾਲ ਨੇ ਜੀ? ਠੀਕ ਠਾਕ ਪਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ? ਫਲੀ ਗਰਮੀ ਪੈ ਰਹੀ ਹੈ ਇੰਗਲੈਂਡ 'ਚ? ਬਸ ਸਰ, ਇੱਥੇ ਵੀ ਗਰਮੀ ਪੈ ਰਹੀ ਹੈ ਜੀ, ਤੁਹਾਡੇ ਇੰਗਲੈਂਡ 'ਚ ਗਰਮੀ ਪੈ ਰਹੀ ਹੈ ਤੇ ਬਸ ਆਪਣੇ ਅੰਦਰ ਠੰਡ ਰੱਖੋ ਥੋੜੀ ਜੀ, ਬਾਕੀ ਗਰਮੀ ਬਾਹਰ ਦੀ ਗਰਮੀ ਦਾ ਕੋਈ ਚੱਕਰ ਨਹੀਂ, ਅੰਦਰ ਨਹੀਂ ਗਰਮੀ ਆਉਣੀ ਚਾਹੀਦੀ ਬੰਦੇ ਨੂੰ। ਭਾਈ ਸਿਰਫ ਇੰਗਲੈਂਡ ਤੋਂ ਜ਼ਿਆਦਾ ਸਾਡੇ ਜਿਹੜੇ ਪ੍ਰੋਡਕਟ ਨੇ ਪੁਰਤਗਾਲ ਦੀ, ਸਪੇਨ 'ਚ, ਇਟਲੀ 'ਚ, ਉੱਥੇ 40-45 ਇੰਡੀਆ ਵਾਲਾ ਹਾਲ ਹੋਇਆ ਪਿਆ, ਉੱਥੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਔਰ ਐਸੀ ਗਰਮੀ ਦੇ ਵਿੱਚ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਸੇਫ ਕਰੋ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਔਰ ਆਪਣੀ ਹੈਲਥ ਵੱਲ ਜ਼ਿਆਦਾ ਧਿਆਨ ਰੱਖਣਾ ਚਾਹੀਦਾ, ਕਿਉਂ ਜੀ? ਬਿਲਕੁਲ ਬਿਲਕੁਲ, ਅਤੇ ਭਾਅ ਜੀ ਆਪਣੇ ਲਵ ਯੂ ਟੂ ਦਾ ਭਰਾ ਆਇਆ ਹੈ ਨਾ, ਉਹ ਲੱਗੀ ਆਇਆ ਨੂੰ? ਹਾਂਜੀ ਹਾਂਜੀ ਹਾਂਜੀ, ਲਵ ਯੂ ਟੂ ਦਾ ਭਰਾ ਆਇਆ। ਲਵ ਯੂ ਟੂ, ਹਾਂ ਲਵ ਯੂ, ਸਾਨੂੰ ਤਾਂ ਪਤਾ ਨਹੀਂ ਸੀ, ਤੁਹਾਨੂੰ ਫੋਨ ਤਾਂ ਨਹੀਂ ਕੀਤਾ ਇਹਨੇ ਕਦੇ ਆਉਣ ਤੋਂ ਪਹਿਲਾਂ, ਲੱਗਦਾ। ਅੱਛਾ ਤੁਹਾਨੂੰ ਲੱਗਦਾ? ਫਿਰ ਤੇ ਮੇਰਾ ਵੀ ਭਰਾ ਹੋਣਾ ਸੀ। ਫਿਰ ਤੇ ਤੇਰਾ ਵੀ, ਤੂੰ ਤਾਂ ਪਛਾਣ ਹੀ ਜਾਣਾ ਸੀ ਨਾ ਸਿਰ ਤੇਰਾ ਭਰਾ। ਹਾਂਜੀ ਹਾਂਜੀ, ਮੈਂ ਕਿਹਾ ਤੁਹਾਨੂੰ ਨਾ ਦੱਸਿਆ ਹੋਵੇ ਇਹਨਾਂ ਨੇ, ਪਤਾ ਕਰਾਂਗੇ ਕੌਣ ਹੈ ਉਹ। ਤੂੰ ਜਾਣਦਾ ਲਵ ਯੂ ਟੂ ਨੂੰ? ਮਰ ਜਾਣਾ, ਮੈਂ ਤੇਰੀ ਰੇੜੀ ਤੇ ਮੋਮੋਸ ਖਾਂਦੀ ਹੁੰਦੀ ਰਹੀ। ਲੁੱਡੋ ਚੁੱਕੀ ਸੀ ਕਿ ਤੈਨੂੰ ਕੁੱਟੇ ਕੱਟੇ ਵੀ ਆ ਗਏ ਨੇ? ਮਾਰਾ ਤਾ। ਕਿਸਨੇ ਮਾਰਾ ਥਾ? ਪੰਜਾਬੀ ਲੜਕੋ ਨੇ। ਹੈਂ? ਪੰਜਾਬੀ ਲੜਕੋ ਨੇ। ਪੰਜਾਬੀ ਲੜਕੋ ਨੇ ਮਾਰਾ ਥਾ? ਪੰਜਾਬੀ ਸਿਰ ਬਾਅਦ ਚੋਂ ਮਾਰ ਕੇ ਖੂਨ ਨਿਕਲਣਾ ਉਸਕੋ ਪੁੰਜਾ। ਪੰਜਾਬੀ ਆ ਉਹਦੀ ਸ਼ਕਲ ਯੂਪੀ ਵਾਲੀ ਆ, ਉਹਦਾ ਪੰਜਾਬੀ ਆ, ਇਹ ਬੋਲਦਾ ਤੇ ਪਤਾ ਲੱਗਦਾ ਪੰਜਾਬੀ ਆ, ਉਦਾਂ ਤਾਂ ਦੇਖਿਆ ਨਾ ਤੁਸੀਂ ਉਧਰੋਂ? ਤੁਹਾਨੂੰ ਕੀ ਪਤਾ ਫੇਰ? ਯਾਰ ਮੈਂ ਆਪਣੇ ਪੈਸਿਆਂ ਦਾ ਖਾਣਾ, ਮੇਰੇ ਕੋਲ ਤਾਂ ਪਤਾ ਹੈ ਤੂੰ ਆਪਣੇ ਪੈਸੇ ਕੋਲ ਨਹੀਂ ਖਾਤੇ, ਆਪਣੇ ਪੈਸੇ ਕੋਲ ਖਾਇਆ ਕਰੋ। ਬੜੀ ਮੁਸ਼ਕਲ ਨਾਲ ਸਫਾਈ ਕਰਾਨੇ ਆ, ਇੱਥੇ ਨਾ ਉਹ ਕੰਮ ਕਰੀ ਜਨਾਬ। ਮੈਂ ਵੀ ਸਿੱਖਣਾ ਜੀ। ਕੀ ਸਿੱਖਣਾ? ਸਿੱਖ ਪੁੱਤਰ ਕਰਨਾ ਨਾ, ਇਹ ਤਾਂ ਮੈਂ ਤੇਰਾ ਉਦਾਂ ਹੀ ਕਢਾ ਦੇਣਾ ਮਾਰ ਮਾਰ ਪਟਾ। ਬਾਹਾਂ ਦੀ ਗੱਲ, ਤੂੰ ਤਾਂ ਪੁੱਤਰ ਕਿਸੇ ਦੁਸ਼ਮਣ ਨਾਲ ਵੀ ਉਹ ਆ ਕਰੇਗਾ ਤੇ ਤੇਰੇ ਤੇਰਾ ਹੱਥ ਤਾਂ ਤੂੰ ਮਿਦਾ ਕਿ ਦੇਣਾ ਤੇ ਕੀ ਕਰੇਗਾ? ਤੂੰ ਤਾਂ ਸਿਰਫ ਆ ਸਿੱਖ ਜੇ ਸਿੱਖਣਾ, ਉਹ ਆ ਮਾਫ਼ ਕਰ ਦਿਓ ਇਹ ਸਿੱਖ, ਤੈਨੂੰ ਤੇਰੀ ਤਾਂ ਜ਼ਿੰਦਗੀ ਅੱਗੇ ਰਵਾਂ ਰਹਿਣੀ ਹੈ, ਸਮਝ ਆਈ ਤੈਨੂੰ? ਬਾਰੀ ਬੱਚੀ ਕੱਢਣ ਗਈ ਸੀ, ਬਾਰੀ ਬੱਚੀ ਕੱਢਣ ਗਈ ਸੀ, ਕੱਟ ਕੇ ਲਿਆਂਦੀ ਟੋਫੀ। ਅੱਛਾ, ਖੁੱਟ ਖੱਟ ਕੇ ਲਿਆਂਦੀ ਬਾਹਰੋਂ। ਅੱਛਾ, ਬਾਰੀ ਬੱਚੀ ਕੱਢਣ ਗਈ ਸੀ, ਬਾਰੀ ਬੱਚੀ ਕੱਢਣ ਗਈ ਸੀ, ਕੱਟ ਕੇ ਲਿਆਂਦੀ ਟੋਫੀ, ਉਹ ਕੱਟ ਕੇ ਲਿਆਂਦੀ ਬਾਹਰੋਂ। ਇਸ਼ਕ ਕੰਟ ਮਾਰੋ,
ਲਓ ਜੀ ਓਏ ਭੋਲੇ ਪਹਿਲਵਾਨ ਤੇ ਤੂੰ ਹੱਥ ਚੱਕਿਆ ਲਓ ਜੀ ਲੱਤਾਂ ਚੱਕ ਦਿਓ ਇਹ ਨਹੀਂ ਗੁੱਸਾ ਕਰਦੇ ਓਏ ਹੱਥ ਚੱਕਿਆ ਸ਼ੁਕਰੀਆ ਜੀ ਸ਼ੁਕਰੀਆ ਜੀ ਬਸ ਤੁਸੀਂ ਫੋਨ ਕੀਤਾ ਬੜਾ ਸ਼ੁਕਰੀਆ ਦਾ ਉਹਦੇ ਲਈ ਤੇ ਹਾਂ ਫਿਰ ਹੁਣ ਕੀ ਚਾਹੁੰਦੇ ਹੋ ਤੁਸੀਂ ਦੋਨੇ ਨੇ ਦੇਖੋ ਬੇਟਾ ਹੁਣ ਮੇਰਾ ਦਿਲ ਕਰਦਾ ਇਹਨੂੰ ਸਿੱਧਾ ਕਰਕੇ ਤੇਰੇ ਇੱਕ ਕੰਨ ਚ ਪਾ ਕੇ ਦੂਸਰੇ ਸਾਈਡ ਤੋਂ ਕੱਢ ਦਵਾਂ ਤੈਨੂੰ ਸਟੀਲ ਚੁਭਿਆ ਨੀ ਅੰਦਰ ਵਿਚੋਂ ਘਿਓ ਕੱਢ ਕੇ ਖਾਂਦਾ ਖਾਂਦਾ ਮੈਂ ਦੇਸੀ ਘਿਓ ਪੀਪਾ ਖਾਦਾ ਬੇਟਾ ਉਹ ਕਾਗਜ਼ ਨੀ ਚਿੰਬੜਿਆ ਤੇਰੇ ਇੱਥੇ ਗਲੇ ਚ ਜਿਹੜਾ ਬਾਹਰ ਲਿਖਿਆ ਹੁੰਦਾ ਉਹਦੇ ਵਿੱਚ ਵਿਟਾਮਿਨ ਡੀ ਹੁੰਦੀ ਆ ਵਾਹ ਜੀ ਵਾਹ ਵਿਟਾਮਿਨ ਡੀ ਹੁੰਦੀ
ਸਾਰੇ ਪੋਜ਼ਿਟਿਵ ਤੱਤ ਹੁੰਦੇ ਆ, ਵਿਟਾਮਿਨ ਈ, ਡੀ, ਈ, ਸੀ, ਬੀ, ਐਫ, ਜੀ, ਐਚ, ਆਈ, ਜੇ, ਕੈਲ, ਐਨ, ਐਨ, ਓ, ਈ, ਈ। ਉਸ ਮੇਂ ਫੈਟ ਹੁੰਦਾ ਹੈ ਬੇਵਕੂਫ। ਲੈ ਕਰ ਗੱਲ। ਫੈਟ ਨਹੀਂ ਹੁੰਦਾ। ਉਹ ਫਲੈਟ ਨਹੀਂ ਫੈਟ। ਫਲੈਟ ਤੇਰੀ ਭੂਆ ਨੇ ਬੁੱਕ ਰਿਹਾ ਉੱਥੇ। ਫਲੈਟ। ਹੈਲੋ। ਆ ਆਪਣਾ ਹੈਲੋ। ਹੈਲੋ ਜੀ, ਪਾਜੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਅੱਖਾਂ ਬੰਦ ਕਰਕੇ ਇਹਨੇ ਜਾਣਾ ਕਿਸੇ ਹੋਰ ਸਾਈਡ ਤੇ ਸੀ ਤੇ ਪੰਜਾਬ ਵੱਲ ਨੂੰ ਤੁਰ ਪਾਇਆ। ਮੈਂ ਤਾਂ ਹੀ ਕਹਿੰਦੀ ਆ, ਮੈਂ ਚੀਚੀ ਦਾ ਚਾਰ ਖਾਂਦਾ ਨਾ, ਕਿਹੜਾ ਚਾਰ? ਚੀਚੀ ਦਾ, ਚੀਚੀ ਉਹ ਕਿਹੜਾ ਚਾਰ ਹੋਇਆ ਜੀ? ਚੀ ਚੀ ਦਾ ਇਹਨਾਂ ਨੂੰ ਪੁੱਛੋ, ਜਿਹੜੇ ਮੁਲਕ ਚ ਆਇਆ ਉਹ ਮੁਲਕ ਚ ਬਣਦਾ। ਓਏ ਕਿਹੜਾ ਹੁੰਦਾ ਚੀ ਚੀ ਦਾ ਚਾਰ? ਉਹਦਾ ਚੀ ਚੀ ਦਾ ਚਾਰ ਉਹਦਾ ਹੈ। ਮੈਨੂੰ ਲੱਗਦਾ ਜੀ ਇਹ ਉਸ ਮੁਲਕ ਚ ਰਹਿੰਦਾ ਨਹੀਂ, ਇੱਥੇ ਤਰਨ ਤਾਰਨ ਦੇ ਲਾਗੇ ਰਹਿੰਦਾ ਕਿਤੇ, ਇਹਨਾਂ ਦਾ ਵੱਖਰਾ ਕੁਨਬਾ ਉੱਥੇ। ਉਹ ਤੁਸੀਂ ਉਹ ਨਹੀਂ ਜਿਹੜਾ 17 ਸੈਕਟਰ ਤੇ ਜਾ ਇੱਥੇ ਆਪਣਾ ਜਿਹੜੀ 17 ਦੀ ਮਾਰਕੀਟ ਆ ਮੋਲਿਸ ਕਰਤੇ ਹੈ? ਨਹੀਂ। ਹਾਂਜੀ ਮੈਂ ਅੰਮ੍ਰਿਤਸਰ ਚ ਰਹਿੰਦੀ ਆ, ਤਰਨ ਤਾਰਨ ਦੀ ਬੋਲੀ ਨਹੀਂ ਹੈਗੀ। ਕਿਸਕਾ ਬਣਤਾ ਹੈ ਹਮੇ ਵੀ ਬਤਾਓ। ਹਾਂਜੀ ਪਤਾ ਨੀ ਇਹ ਤਾਂ ਮਣੀਪੁਰ ਚ ਆਇਆ ਜੀ, ਮਣੀਪੁਰ ਚੋਂ। ਤੁਸੀਂ ਕਿੱਧਰ ਦਾ ਸੋਚ ਲਿਆ? ਚਲੋ ਅਸੀਂ ਪੁੱਛ ਲੈਣੇ ਆ ਜੀ, ਚੀ ਚੀ ਦਾ ਚਾਰ ਕਿਹੜਾ ਹੁੰਦਾ? ਤੇ ਤੂੰ ਬਹੁਤਾ ਚੀ ਚੀ ਨਾ ਕਰੀ ਵਿੱਚ। ਹੁਣ ਤੈਨੂੰ ਪੰਮੀ ਬਾਈ ਸਾਹਿਬ ਨਾਲ ਭੇਜਦਾ ਮੈਂ।